ਬਾਕੀ ਸੇਲ ਪਰਚੇਜ਼ ਵਾਲਿਆਂ ਭਰਾਵਾਂ ਵਾਸਤੇ ਯਾਰ ਅੱਛੀ ਚੀਜ਼ ਵੇਚੋ, ਖੁਦਾ ਦਾ ਵਾਸਤਾ ਜੇ ਮਰਨਾ ਵੀ ਹੈ ਜੇ ਠੀਕ ਹੈ, ਟੱਲੇ ਨਾ ਵੇਚੋ ਐਂ ਫੋਟੋਆਂ ਦੇ ਲਸ਼ ਪਸ਼ ਕਰਕੇ ਤੇ ਟੱਲੇ ਕੁੱਕੜ ਨਾ ਵੇਚੋ। ਧੁੱਪ ਚ ਫੋਟੋ ਖਿੱਚੀ ਕੁੱਕੜ ਕੋਈ ਬੰਦਾ ਨਾ ਲਵੇ, ਮੈਂ ਤੁਹਾਨੂੰ ਕਿਹਾ ਕਹਿੰਦਾ ਭਾਵੇਂ ਮੈਂ ਵੀ ਖਿੱਚਦਾ ਜੇ, ਧੁੱਪ ਚ ਫੋਟੋ ਖਿੱਚੀ ਕੁੱਕੜ ਕਦੇ ਨਾ ਲਈਓ, ਜੇ ਤੁਹਾਨੂੰ ਤੁਹਾਡੇ ਕੋਲ ਆ ਸੀ ਤੁਹਾਡਾ ਲਾਜ਼ਮੀ ਦਿਲ ਟੁੱਟੇਗਾ। ਧੁੱਪ ਵਿੱਚ ਉਹ ਰਿਫਲੈਕਸ ਪੈ ਰਿਹਾ ਹੁੰਦਾ ਉਹਦਾ, ਸੂਰਜ ਦੀ ਰੋਸ਼ਨੀ ਪੈ ਰਹੀ ਹੁੰਦੀ ਹੈ, ਕੁੱਕੜ ਭੈਣ ਦੇਸੀ ਵੀ ਹੋਏ ਤੇ ਉਹ ਚਮਕਦਾ। ਧੁੱਪ ਚ ਖਿੱਚੀ ਫੋਟੋ ਕਦੇ ਵੀ ਨਾ ਕੁੱਕੜ ਲਵੋ, ਠੀਕ ਹੈ। ਕੁੱਕੜ ਦੀ ਛੋਟੀ ਜਿਹੀ ਵੀਡੀਓ ਸਾਈਡ ਤੋਂ ਰੱਖ ਕੇ ਉਹਨੂੰ ਆਹੋ ਬਣਾਵੇ, ਮੈਨੂੰ ਆਹੋ ਜਿਹਨੂੰ ਵੀ ਜਿਹਦੇ ਕੋਲ ਵੀ ਖਰੀਦਣਾ ਉਹਨੂੰ ਆਹੋ ਸਾਈਡ ਤੋਂ ਰੱਖ ਕੇ ਫੋਟੋ ਬਣਾਓ ਉਹਦੇ ਸਾਈਜ਼ ਦਾ, ਉਹਨੂੰ ਆਹੋ ਵਜ਼ਨ ਕਰ ਕੰਡੇ ਦੇ, ਕੰਡੇ ਦੀ ਫੋਟੋ ਖਿੱਚ ਕੇ ਭੇਜ ਇਹਦਾ ਵਜ਼ਨ ਕਿਤਨਾ, ਠੀਕ ਹੈ, ਇਹਦਾ ਸਾਈਜ਼ ਕੀ ਹੈ। ਤੁਸੀਂ ਐਂ ਜੇ ਤੱਕਦੇ ਹੋ ਤੇ ਲੈ ਲੈਂਦੇ ਹੋ ਤੇ ਬਾਅਦ ਚ ਫਿਰ ਉਹ ਕੋਣਾ ਪੈਂਦਾ ਜਦੋਂ 10-15-20 ਹਜ਼ਾਰ ਦਾ ਸਾਰੇ, ਮੈਂ ਕਹਿੰਦਾ ਗਰੰਟੀ ਨਾਲ ਟੱਲੇ ਕੁੱਕੜ ਅੱਧੀ ਵਾਂ ਵੇਚਦੀ ਹੈ ਤੇ 15-20 ਹਜ਼ਾਰ ਦੀ। ਉਹ ਯਾਰ ਖੁਦਾ ਨੂੰ ਮੰਨੋ, ਖੁਦਾ ਦਾ ਖੌਫ ਖਾਓ, ਸਾਰਿਆਂ ਮਰ ਜਾਣਾ, ਕਿਸੇ ਵੀ ਨੀ ਇੱਥੇ ਰਹਿਣਾ, ਠੀਕ ਹੈ। 10-15 ਹਜ਼ਾਰ ਰੁਪਇਆ ਅਸੀਂ ਦਿਹਾੜੀ ਕੋਈ ਮੇਰੇ ਖਿਆਲ 'ਚ ਇੰਜ ਡਾ ਦਿੰਦੇ ਹਾਂ, ਕੋਈ ਆ ਗਿਆ ਕਿਸੇ ਦੀ ਮਦਦ ਕਰ ਦਿਓ ਕਿਸੇ ਗਰੀਬ ਦੀ, ਠੀਕ ਹੈ। ਤੁਸੀਂ ਖੁਦਾ ਦੇ ਰਾਹ ਤੇ ਦਿਓ ਨਾ, ਖੁਦਾ ਨੇ ਤੁਹਾਨੂੰ ਦਿੱਤੇ ਹੈ ਤੇ ਤੁਸੀਂ 5 ਹਜ਼ਾਰ ਦਾ ਵੀ ਕੁੱਕੜ ਵੇਚੋਗੇ ਨਾ, ਤੁਹਾਡੇ ਕੋਲ ਮੁੱਕਣ ਨੀ ਜੇ ਲੱਗੇ, ਗੱਲ ਮੇਰੀ ਲਿਖ ਲਈ ਅੱਜ ਕਿਤੇ, ਠੀਕ ਹੈ। ਤੇ ਜਦੋਂ ਦੁੱਖ ਹੁੰਦਾ ਯਾਰ, ਮੈਂ ਵੀ ਇੱਕ ਦੋ ਬੰਦਿਆਂ ਕੋਲ, ਹੁਣ ਬੜੇ ਮੋਜ਼ਤ ਬੰਦੇ ਨੇ, ਮੈਂ ਹੁਣ ਕੀ ਕਵਾਂ, ਨਾਂ ਨੀ ਮੈਂ ਲੈਂਦਾ, ਤੇ ਮੈਂ ਇੱਕ ਫੋਟੋ ਜੀ ਲਾਈ ਹੈ ਤੇ ਮੈਨੂੰ 4 ਜਗ੍ਹਾ ਤੋਂ ਫੋਨ ਆਏ ਨੇ, ਭਾਈ ਇਹਨੇ ਮੇਰੇ ਨਾਲ ਵੀ ਹੱਥ ਕੀਤਾ ਤੇ ਮੇਰੇ ਨਾਲ ਵੀ ਕੀਤਾ। ਹੁਣ ਕੋਈ ਬੰਦਾ ਸਫੈਦਪੋਸ਼ ਹੁੰਦਾ ਉਹ ਨਹੀਂ ਬੋਲਦੇ ਨੈਟ ਸ਼ਰਟ ਤੇ, ਜ਼ਾਹਿਰੀ ਗੱਲ ਹੈ ਜੇ ਜਿਹਦੇ ਵਿਕਦੇ ਹੁੰਦੇ ਜਿਹਦਾ ਦਾਲ ਲੱਗਿਆ ਹੁੰਦਾ ਉਹਦੇ ਬਾਰੇ 'ਚ ਕੋਈ ਬੋਲ ਸੀ ਤੇ ਫਿਰ ਅੱਗੋਂ ਉਹ ਜ਼ਾਹਿਰੀ ਗੱਲ ਹੈ ਬਦਤਮੀਜ਼ੀ ਤੇ ਆ ਜਾ ਸੁਣੀ, ਫਿਰ ਮਾਂ ਭੈਣ ਦੀ ਗੱਲ ਹੀ ਕਿਸੇ ਕੋਲ ਬਰਦਾਸ਼ਤ ਨਹੀਂ ਹੁੰਦੀ, ਠੀਕ ਹੈ। ਤੇ ਯਾਰ ਆਪਣਾ ਇੱਕ ਮਿਆਰ ਬਣਾਓ, ਮੈਂ ਕਦੇ ਵੀ ਮੈਂ ਰਨੁਮਾਨ ਦੇ ਬਾਰੇ 'ਚ ਇਹ ਨਾ ਸੁਣਨ ਲੱਗੇ ਵੀ ਇਹਨੇ ਕਿਸੇ ਦੇ ਕੁੱਕੜ ਦੀ ਫੋਟੋ ਖਿੱਚ ਕੇ ਤੇ ਚਾੜ ਕੇ ਵੇਚਿਆ, ਠੀਕ ਹੈ। ਮੇਰੇ 'ਚ ਆਦਤ ਨਹੀਂ, ਮੇਰੇ ਖੁੱਡੇ ਬਣੇ ਨੇ, ਮੈਂ ਪੈਸਾ ਲਾਉਣਾ ਆਪਣਾ ਤੇ ਮੈਂ ਆਪਣੇ ਪਰਿੰਦੇ ਲਿਆਉਣਾ, ਮੰਡੀਆਂ ਦੀਆਂ ਵੀਡੀਓ ਨਾ ਬਣਾਉਣਾ, ਜਿਹੜਾ ਮਰਜ਼ੀ ਆ ਕੇ ਨਾ, ਜਿਤਨਾ ਮੇਰੇ ਕੋਲ ਇਲਮ ਹੈ ਨਾ। ਇਹ ਜਿਹੜੇ ਆਉਂਦੇ ਹੋ ਨਾ ਇਸਤਾਰ ਸ਼ਾਦ ਬਣਵਾਉਣ ਵਾਲੇ, ਫੋਨ ਮਾਰਦੇ ਹੋ ਵੀ ਸਾਨੂੰ ਉਸਤਾਦ ਮੰਨੋ ਜਾਂ ਯੇ ਵੋ, ਤੇ ਇਹਨਾਂ ਨੂੰ ਮੇਰਾ ਚੈਲੰਜ ਹੈ, ਮੇਰੇ ਨਾਲ ਲਾ ਕੇ ਬਹਿ ਕੇ ਯਾਰ ਇੱਥੇ ਕੁੱਕੜ ਲੜਾਓ, ਕੁੱਕੜ ਲੜਾ ਸੋ ਤੇ ਤੁਹਾਨੂੰ ਪਤਾ ਲੱਗ ਜਾ ਸੀ, ਠੀਕ ਹੈ। ਮੈਨੂੰ ਵੀ ਪਤਾ ਲੱਗ ਜਾ ਸੀ ਮੈਂ ਕਿੰਨੇ ਪਾਣੀ, ਮੈਂ ਤੇ ਅੱਛੇ ਨਾਲ ਅੱਛਾ ਕੁੱਕੜ ਲੜਾਉਣ ਦਾ ਸ਼ੌਕੀਨ ਜੇ। ਮੈਂ ਕਹਿੰਦਾ ਵਾ ਵੀ ਅਗਲੇ ਬੰਦੇ ਨੂੰ ਦੱਸੋ ਉਹਦੇ ਕੁੱਕੜ ਅਗਰ ਕਮਜ਼ੋਰ ਨੂੰ, ਕੁੱਕੜਾਂ ਨੂੰ ਬਣਵਾਓ ਆਪਣੇ ਧਿਆਨ ਦੇ ਲੈਵਲ ਦੇ ਕਰਕੇ ਫਿਰ ਲੜਾਓ, ਕੁੱਕੜ ਦੇ ਮਜ਼ਾ ਫਿਰ ਆਉਂਦਾ। ਤੇ ਮੈਂ ਪਿਛਲੇ ਸਾਲ ਬੜੀ ਜੇਲਮ ਦੀਆਂ ਤਕੜੀਆਂ ਸਭ ਤੋਂ ਟਾਪ ਦੀਆਂ ਜਿਹੜੀਆਂ ਪਾਰਟੀਆਂ ਸਨ ਉਹਨਾਂ ਨਾਲ ਕੁੱਕੜ ਮੈਂ ਲੜਾਏ ਤੇ ਅਸੀਂ 4 ਬੰਦੇ ਹੁੰਦੇ ਸਾਂ, ਰਸ਼ ਡਾਰ ਤੇ ਮੈਂ, ਸਮਝ ਆਈ ਜੇ। ਤੇ ਐਸੀ ਕੋਈ ਗੱਲ ਨਹੀਂ ਹੁੰਦੀ, ਤੇ ਹੁਣ ਮੈਂ ਘਟਾ ਦੇਣੇ ਵੈਸੇ ਕੁੱਕੜ, ਮੈਂ ਇਸ ਸੀਜ਼ਨ ਘੱਟ ਹੀ ਲੜਾ ਸਾਂ, ਕੋਸ਼ਿਸ਼ ਕਰ ਸਾਂ ਨਾ ਲੜਨ। ਪਰ ਇੱਕ ਜਗ੍ਹਾ ਮੈਂ ਜਾਣਾ, ਇੱਕ ਭਰਾ ਨਾਲ ਵਾਅਦਾ ਕੀਤਾ ਪਿੰਡੀ ਮੈਂ ਕੁੱਕੜ ਲੜਾਉਣ ਜਾਣਾ, ਤੇ ਇਸ ਤੋਂ ਬਾਅਦ ਮੈਂ ਵੀ ਹਟ ਜਾ ਸਾਂ। ਤੇ ਫੇਸਬੁੱਕ ਤੇ ਤੁਹਾਨੂੰ ਟਿੱਪਾਂ ਦਿੰਦੇ ਰਹੇ ਸਾਂ ਜਿਤਨਾ ਕਿ ਇਲਮ ਸਾਡੇ ਕੋਲ ਹੈ। ਇੱਕ ਬਲੋਚ ਸਾਹਿਬ ਨਾ ਆਪਣੇ ਕੋਈ ਯੂਟਿਊਬ ਤੇ, ਬਲੋਚ ਸਾਹਿਬ ਮਹਿਤਾਬ ਕਿਹੜੇ ਨਾਂ ਨੇ, ਮੈਂ ਵੀਡੀਓ ਨਾਲ ਤੱਕੀ, ਉਹਨਾਂ ਕਿਹਾ ਜੀ ਉਹ ਮੁੰਡਾ ਕਹਿੰਦਾ ਜੀ ਨੈਟ ਤੇ ਬਈ ਉਹ ਕੁੱਕੜ ਨੂੰ ਐਂ ਕਰਕੇ ਫੜ, ਐਂ ਕਰਕੇ ਕੀ ਹੁੰਦਾ, ਬੁੰਡੇ ਦੀ ਮਾਂ ਪਿੱਛੋਂ ਲੱਗੇ ਹੋ ਮੇਰੇ ਕੋਲ ਸੁਣਨ, ਸਾਰੀ ਦੁਮ ਭਾਂ ਛੋੜ ਦਿਓ ਉਹਦੀ, ਹੈਂ ਥੱਲੇ ਪਾਉਂਦੇ ਹੋ ਗਰਮੀ ਤੁਸੀਂ, ਬੋਰੀਆਂ ਦੇ ਤੇ ਚੰਨੀਆਂ ਬੋਰੀਆਂ ਦੇ ਹੀ ਪੈਣੀਆਂ ਨਸਲ, ਤੇ ਤੁਸੀਂ ਆਦੇ ਹੋ ਵੀ ਉਸ ਮੈਨੂੰ ਪਤਾ ਨੀ ਹੈ। ਤੁਸਾਂ ਇਸ਼ਾਰਾ ਮੇਰੇ ਹਾਰ ਹੀ ਕਰਾਇਆ, ਮੈਂ ਕੋਈ ਨੰਨਾ ਮੁੰਨਾ ਬੱਚਾ ਨਾ ਯੂਟਿਊਬ ਤੇ, ਤਾਂ ਕਿ ਵੀ ਉਹਨੇ ਇਹੋ ਜਿਹੀ ਰਾਣੀ ਖੇਤ ਆ ਕੇ ਮੇਰੇ ਨਾਲ ਬਹੁ ਐਸੇ ਤੇ ਮੈਨੂੰ ਦੱਸੋ ਰਾਣੀ ਖੇਤ ਦੀਆਂ ਲਾਮਤਾਂ ਕਹਿਣ ਤੇ ਫਿਰ ਪਤਾ ਲੱਗੇਗਾ ਕਿੰਨੇ ਵੀਹਾਂ ਦਾ ਸੋ ਹੁੰਦਾ। ਇਹ ਜਿਹਨੂੰ ਤੁਸਾਂ ਬਣਾਇਆ ਨਾ ਗੱਲੇ 'ਚ ਰੇਸ਼ਾ ਤੇ ਪੋਟ ਬੰਦ ਤੇ ਪਤਲੀਆਂ ਬਿੱਠਾਂ, ਇਹਨੂੰ ਰਾਣੀ ਖੇਤ ਬਣਾਇਆ ਜੇ, ਫਿਰ ਮੈਂ ਤੁਹਾਨੂੰ ਸਹੀ ਡੈਫੀਨੇਸ਼ਨ ਦੱਸਾਂ ਰਾਣੀ ਖੇਤ ਕੀ ਹੈ, ਠੀਕ ਹੈ। ਹੁਣ ਇਹ ਨਹੀਂ ਮੈਂ ਤਾਂ ਕਿ ਤੁਸੀਂ ਗਲਤ ਕਹਿ ਰਹੇ ਹੋ, ਤੁਹਾਡੇ ਏਰੀਏ 'ਚ ਉਹਨੂੰ ਰਾਣੀ ਖੇਤ ਕਹਿੰਦੇ ਹੋਣੇ, ਸਾਡੇ ਏਰੀਏ 'ਚ ਉਹਨੂੰ ਕਰੇਜ਼ਾ ਕਹਿੰਦੇ, ਨਾਈਪੀ ਕਹਿੰਦੇ, ਠੀਕ ਹੈ। ਇਹ ਆਪਣੇ ਆਪਣੇ ਏਰੀਆ ਦਾ ਹਿਸਾਬ ਹੁੰਦਾ, ਲਿਆਦਾ ਆਪਣੇ ਹਿਸਾਬ 'ਚ ਇੱਕ ਲਿਮਿਟ 'ਚ ਰਹਿ ਕੇ ਤੇ ਅਗਲੇ ਨੂੰ ਗੱਲ ਦੱਸੀ ਦੀ ਹੈ, ਆਪਣੇ ਏਰੀਏ ਦਾ ਹਿਸਾਬ ਤੱਕੀ ਦਾ। ਤੁਹਾਡੇ ਏਰੀਆ ਦੀ ਜਿਹੜੀ ਹੈ ਆਬੋ ਹਵਾ ਚੇਂਜ ਹੈ, ਸਾਡੇ ਏਰੀਆ 'ਚ ਨਮੀ ਹੈ, ਤੁਹਾਡੇ ਏਰੀਏ ਦਾ ਕੁੱਕੜ ਇੱਥੇ ਆਉਂਦਾ ਦੂਏ ਦਿਹਾੜੇ ਲੰਮਾ ਪੈ ਜਾਂਦਾ, ਗੱਲ ਸਮਝ ਆਈ ਹੈ। ਅਸੀਂ ਮੀਆਂ ਵਾਲੀਆਂ ਕੁੱਕੜ ਲਿਆਉਂਦੇ ਹਾਂ ਨਾ, ਮੈਂ ਲਿਆਉਂਦਾ ਵਾਂ ਮੀਆਂ ਵਾਲੀਆਂ, ਅਤੇ ਮੈਂ ਇੱਥੇ ਉਹਨਾਂ ਦੀ ਕਿਤਨੀ ਕੇਅਰ ਕਰਨਾ, ਪੂਰੀ ਰਾਤ ਮੈਂ ਜਾਗਣਾ, ਮੈਨੂੰ ਪਤਾ। ਜਦੋਂ ਹਫ਼ਤਾ ਕੁੱਕੜ ਮੇਰੇ ਸੈੱਟ ਹੋ ਜਾਵਣ ਤਾਂ ਫਿਰ ਮੈਂ ਅੱਗੇ ਪਿੱਛੇ ਵੇਚਣੇ ਸ਼ੁਰੂ ਕਰਨਾ। ਜਾਂ ਐਸਾ ਹੁੰਦਾ, ਐਸਾ ਵੀ ਹੁੰਦਾ ਕਿ 2 ਦਿਨ 'ਚ ਮੇਰੇ ਕੁੱਕੜ ਸਾਰੇ ਅੱਗੇ ਪਿੱਛੇ ਝੜ ਜਾਂਦੇ, ਵਿਕ ਜਾਂਦੇ, ਠੀਕ ਹੈ। ਲੇਕਿਨ ਮੈਂ ਉਹਨਾਂ ਨੂੰ ਪੂਰੀ ਅੱਗੋਂ ਦੱਸਣਾ ਵੀ ਇਹਦੇ ਨਾਲ ਇਹ ਕਰਨਾ ਅਤੇ ਇਹਦੇ ਨਾਲ ਇਹ ਚੀਜ਼ ਇਹਨੂੰ ਦੇਣੀ ਹੈ, ਠੀਕ ਹੈ। ਅਤੇ ਸਾਡੇ ਇਹਦੀਆਂ ਨਮੀ ਆਉਂਦੀ ਹੈ, ਇਹ ਬਿਮਾਰੀਆਂ ਜ਼ਿਆਦਾ ਕਿਉਂ ਲੱਗੀਆਂ ਨੇ, ਤੁਹਾਡੇ ਸੁੱਕਿਆਂ ਏਰੀਆ 'ਚੋਂ ਆਉਂਦੇ ਨੇ ਕੁੱਕੜ ਅਤੇ ਇੱਧਰ ਆ ਕੇ ਨਮੀਆਂ ਲਿਆ ਏਰੀਆ 'ਚ, ਇਹਨਾਂ ਕੋਲ ਆਬੋ ਹਵਾ ਬਰਦਾਸ਼ਤ ਨਹੀਂ ਹੁੰਦੀ, ਫਿਜ਼ਾ ਬਰਦਾਸ਼ਤ ਨਹੀਂ ਹੁੰਦੀ, ਠੀਕ ਹੈ। ਅਤੇ ਲਿਆਦਾ ਭਰਾ ਮੇਰੇ ਆਪਣੇ ਤੋਂ ਨਹੀਂ ਰਹੋ,
ਤੇ ਕਿਸੇ ਦੂਏ ਦੇ ਕੰਮ ਚ ਟੰਗ ਨਾ ਅੜਾਓ। ਸਾਨੂੰ ਵੀ ਇਤਨਾ ਕੀ ਇਲਮ ਹੈ ਜਿਤਨਾ ਕਿ ਤੁਹਾਨੂੰ ਹੈ, ਤੁਹਾਡੇ ਉਸਤਾਦ ਪੀਰ ਕੋ ਨੀ, ਤੇ ਮੇਰੇ ਮਹਿਰ ਨੁਮਾਨ ਨਾਲ ਮੇਰੇ ਤਾਏ ਦੇ 85 ਸਾਲ ਦਾ ਤਜਰਬਾ ਹੈ, ਤੇ ਮੇਰੇ ਬੁੱਢੇ ਦੇ 52 ਸਾਲ ਦਾ, ਤੇ ਮੇਰੇ ਵੱਡੇ ਭਰਾ ਦੇ ਕਮ ਅਜ ਕਮ 31 ਸਾਲ ਦਾ ਤਜਰਬਾ ਹੈ ਮੇਰੇ ਨਾਲ। ਇਹ ਮੇਰਾ ਹਾਲੀ 16-17 ਸਾਲ ਦਾ ਵਾ, ਤੇ ਕੋਈ ਕੁਝ ਵੀ ਨੀ, ਆਟੇ ਲੂਣ ਬਰਾਬਰ, ਠੀਕ ਹੈ। ਤੇ ਜਿਹਦਾ ਦਿਲ ਮੰਦਾ ਉਹ ਅਪਲਾਈ ਕਰਿਆ ਕਰੋ, ਜਿਹਦਾ ਨਹੀਂ ਮੰਦਾ ਉਹ ਨਾ ਅਪਲਾਈ ਕਰਿਆ ਕਰੋ। ਤੇ ਬਾਕੀ ਜਿਹੜੀ ਗੱਲ ਕਹੀ ਹੈ ਲਾਹੌਰ ਸ਼ੋਰ ਦੇ ਏਰੀਆ ਵਾਲੀ, ਠੀਕ ਹੈ, ਤੇ ਮੈਂ ਇਹ ਅਰਜ਼ ਕਰਸਾ ਵੀ ਯਾਰ ਇਨਸਾਨ ਦੇ ਬੱਚੇ ਬਣਾ, ਤੇ ਬੜੀ ਮਿਹਨਤ ਨਾਲ ਪੈਸਾ ਕੋਈ ਕਮਾ ਕੇ ਤੁਹਾਨੂੰ ਦਿੰਦਾ, ਤੇ ਤੁਸੀਂ ਉਹਦੇ ਨਾਲ ਕੁੱਕੜ ਯਾਰ ਇੱਕ ਨਾ, ਮੇਰੀ ਗੱਲ ਸੁਣ, ਕੁੱਕੜ ਹੋਏ, ਸੀਲ ਹੋਵੇ, ਪੂਰਾ ਸੀਲ ਹੋਏ, ਨੁਕਸ ਕੋਈ ਨਾ ਉਹਦੇ ਚ, ਲੜਦਾ ਖੋਤੀ ਦਾ ਪੁੱਤਰ ਹੋਏ, ਠੀਕ ਹੈ, ਅਗਲੇ ਦੀ ਪਸੰਦ ਹੈ ਨਾ ਉਹਨੂੰ, ਤੇ ਉਹਨੂੰ ਦਿਓ, ਉਹਦੇ ਚ ਆਰਜ਼ਾ ਨਾ ਹੋਵੇ, ਨਾ ਗਰਦਨ ਦਾ, ਨਾ ਪਰ ਦਾ, ਨਾ ਲੱਤ ਦਾ, ਆਰਜ਼ਾ ਦਿਓਗੇ ਨਾ ਫਿਰ ਅਗਲੇ ਦਾ ਦਿਲ ਠੀਕ ਕਰਕੇ ਟੁੱਟਦਾ। ਖੋਤੀ ਦਾ ਪੁੱਤਰ ਹੋਏ, ਲੜਾਈ ਨਾ ਕਰੇ, ਲੇਕਿਨ ਹੋਏ ਤੇ ਸੀਲ ਨਾ ਯਾਰ, ਸੀਲ ਤੇ ਦਿਓ ਉਹਨਾਂ ਨੂੰ। ਉਹਨੇ ਪੈਸੇ ਭਰੇ 15-20 ਹਜ਼ਾਰ ਰੁਪਇਆ ਭਰਿਆ, ਉਹਨੇ ਸਮਝ ਨੀ ਆਉਂਦੀ, ਸਾਡੇ ਕੋਲ ਨੀ ਕੋਈ ਲੈਂਦਾ 15-20 ਹਜ਼ਾਰ ਦਾ। ਚੰਗਾ ਜੀ, ਅੱਲਾ ਦੇ ਵਾਲੇ, ਗੱਲ ਬੁਰੀ ਲੱਗੀ ਤੇ ਮਾਦਰ, ਤੇ ਜਿਨ੍ਹਾਂ ਵਾਸਤੇ ਕੀਤੀਆਂ ਉਹਨਾਂ ਨੂੰ ਬੁਰੀ ਲੱਗਦੀ ਹੈ, ਤੇ ਕੋਈ ਟੈਨਸ਼ਨ ਨੀ, ਰੱਬ ਸੋਹਣੇ ਦੇ ਵਾਲੇ।